ਸਿਰਫ 5 ਰੁਪਏ ਕਿਲੋ। ਖਾ ਕੇ ਵੇਖੋ, ਪੈਸੇ ਬਾਅਦ ਦਿਓ। ਸ਼ਰਤੀਆ ਖੰਡ 5 ਰੁਪਏ ਕਿਲੋ, ਖਾਧਾ ਪੀਤਾ ਰਹਿ ਜਾਣਾ। ਕਿੱਲੇ ਕੁੱਲੇ ਕੋਈ ਨਹੀਂ ਲੈ ਗਿਆ ਨਾਲ, ਵੇਲਿਓ ਸਭ ਇੱਥੇ ਛੱਡ ਜਾਣਗੇ। ਖਾਧੀ ਪੀਤੀ ਰੱਖੋ, ਦਾਨ ਪੁੰਨ ਕਰੀ ਰੱਖੋ। 5 ਰੁਪਏ ਕਿਲੋ। ਅੱਜ ਮੰਡੀਆਂ ਦੇ ਰੇਟ ਦੇ ਵਿੱਚ ਕੁਝ ਉਲਟ ਫੇਰ ਹੋਇਆ, ਮਤਲਬ ਵਿਆਹ ਸ਼ਾਦੀਆਂ ਦਾ ਦੌਰ ਹੈ, ਇਸ ਕਰਕੇ ਕੁਝ ਨਾ ਕੁਝ ਮੰਡੀਆਂ ਦੇ ਰੇਟ ਜਿਹੜੇ ਭਾਅ ਨੇ ਇੱਥੋਂ ਦੇ ਸਬਜ਼ੀਆਂ ਦੇ, ਉਹਦੇ ਵਿੱਚ ਉਲਟ ਫੇਰ ਹੋਇਆ। ਤਾਂ ਉਹ ਕੀ ਹੈ, ਗੱਲ ਕਰਦੇ ਹਾਂ ਉਹਨਾਂ ਵਪਾਰੀਆਂ ਦੇ ਨਾਲ ਜਿਹੜੇ ਇੱਥੇ ਸਬਜ਼ੀ ਵੇਚ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਆ ਜਾਓ ਫਿਰ ਉਹਨਾਂ ਦੇ ਨਾਲ ਗੱਲਬਾਤ ਕਰੀਏ। ਅੱਜ ਦੇ ਮੰਡੀਆਂ ਦੇ ਰੇਟ, ਅੱਜ ਡੇਟ ਹੈ 12 ਫਰਵਰੀ। ਸਰ ਰੇਟ ਅੱਜ ਅੱਗੇ ਨਾਲ ਥੋੜ੍ਹੇ ਜਿਹੇ ਟਮਾਟਰ ਅੱਗੇ ਨਾਲ 5-10 ਰੁਪਏ ਕਿਲੋ ਡਾਊਨ ਨੇ। ਲਸਣ ਵੀ, ਹਾਂਜੀ ਹਾਂਜੀ, ਲਸਣ ਕੀ ਰੇਟ ਹੋਵੇਗਾ? ਟਮਾਟਰ ਵਿਕਿਆ ਜੀ 16 ਤੋਂ ਲੈ ਕੇ ਅਤੇ 22 ਰੁਪਏ ਤੱਕ ਜੀ। ਅੱਛਾ, ਹਾਂਜੀ। ਅਤੇ ਲਸਣ ਵਿਕਿਆ ਜੀ 270 ਰੁਪਏ ਕਿਲੋ। ਗਾਜਰ ਵਿਕੀ ਜੀ 8 ਰੁਪਏ ਕਿਲੋ ਜੀ। ਅਤੇ ਕਿੰਨੂ ਦੇ ਰੇਟ ਬਹੁਤ ਮਾੜੇ ਹੋ ਗਏ ਯਾਰ ਅੱਜ? ਕਿੰਨੂ ਸਰ, ਇਹ ਸਾਡੀ ਫਸਲ ਹੋਈ ਹੈ ਬਹੁਤ ਜ਼ਬਰਦਸਤ। ਅੱਛਾ, ਅੱਗੇ ਪਹਿਲੀ ਸਾਲ ਆਈ ਉਹ 45 ਰੁਪਏ ਕਿਲੋ ਤੱਕ ਵਿਕ ਗਿਆ ਸੀ, ਅੱਜ 5 ਰੁਪਏ ਕਿਲੋ। ਵਧੀਆ ਹੱਥ ਦੀ ਕਟਾਈ ਦਾ ਕਿੰਨੂ, ਸਿਰਫ 5 ਰੁਪਏ ਕਿਲੋ ਜੀ। ਬੜੇ ਸਸਤੇ, ਹਾਂਜੀ। ਆਲੂ ਵੀ ਥੋੜ੍ਹਾ ਮਹਿੰਗਾ ਹੋ ਗਿਆ ਜੀ ਅੱਗੇ ਨਾਲੋਂ, ਆਲੂ ਅੱਜ 7 ਰੁਪਏ ਕਿਲੋ ਤੱਕ ਵਿਕੇ ਜੀ। 7 ਰੁਪਏ ਕਿਲੋ, ਹਾਂਜੀ ਹਾਂਜੀ। ਔਰ ਸ਼ਕਰਕੰਦੀ ਵਿਕੀ ਹੈ ਜੀ 22-23 ਰੁਪਏ ਕਿਲੋ। ਇਹ ਸ਼ਕਰਕੰਦੀ ਕਿਹੜੇ ਇਲਾਕੇ ਦੀ? ਗੁਜਰਾਤ ਤੋਂ ਆਉਂਦੀ ਸਰ, ਗੁਜਰਾਤ। ਹਾਂਜੀ ਹਾਂਜੀ, 5 ਰੁਪਏ ਕਿਲੋ। ਸੂਰਤ ਤੋਂ ਆਉਂਦੀ, ਸੂਰਤ ਸੂਰਤ ਤੋਂ ਆਉਂਦੀ ਹੈ, ਹਾਂਜੀ। ਅਤੇ ਪਿਆਜ਼ ਹੈ ਜੀ, ਪਿਆਜ਼ ਵਿਕਦਾ ਵੇ 18 ਰੁਪਏ ਕਿਲੋ। ਹਿਮ ਸੋਨਾ ਇਹ ਵਿਕਿਆ 25 ਰੁਪਏ ਕਿਲੋ, ਉਹ ਵਿਕਿਆ 20 ਰੁਪਏ ਕਿਲੋ। ਵੈਸੇ ਆਹ ਦੇਖਣ ਤੇ ਇਹਦੀ ਸੂਰਤ ਵੀ ਬੜੀ ਪਿਆਰੀ ਲੱਗਦੀ ਹੈ, ਬਹੁਤ ਵਧੀਆ ਹੁੰਦਾ ਜੀ। ਇਹਨੂੰ ਖਾਲਾ ਨਮਕ ਲਾ ਕੇ ਖਾਇਆ ਜਾਵੇ, ਟੇੜੇ ਪੀੜਾ ਇੱਕ ਨਹੀਂ ਬਣਦਾ। ਸਿਰਫ 5 ਰੁਪਏ ਕਿਲੋ। ਖਾ ਕੇ ਵੇਖੋ, ਪੈਸੇ ਬਾਅਦ ਦਿਓ। ਸ਼ਰਤੀਆ ਖੰਡ 5 ਰੁਪਏ ਕਿਲੋ, ਖਾਧਾ ਪੀਤਾ ਰਹਿ ਜਾਣਾ। ਕਿੱਲੇ ਕੁੱਲੇ ਕੋਈ ਨੀ ਲੈ ਗਿਆ ਨਾਲ, ਵੇਲਿਓ ਸਭ ਇੱਥੇ ਛੱਡ ਜਾਣਗੇ। ਖਾਧੀ ਪੀਤੀ ਰੱਖੋ, ਦਾਨ ਪੁੰਨ ਕਰੀ ਰੱਖੋ। 5 ਰੁਪਏ ਕਿਲੋ ਕਿੰਨੂ। ਕੀ ਰੇਟ ਹੈ ਜੀ? 10 ਰੁਪਏ ਕਿਲੋ ਜੀ। 10 ਰੁਪਏ ਕਿਲੋ, ਹਾਂਜੀ। ਇੱਥੋਂ ਦੀ ਹੈ ਜਾਂ ਇੱਧਰ? ਇਹ ਜੀ ਸਾਧੂਵਾਲ ਹਰੀਪੁਰੇ ਦੀ ਜੀ। ਅੱਛਾ, ਮਤਲਬ ਰਾਜਸਥਾਨ ਦੇ ਇਲਾਕੇ ਦੇ ਨੇੜੇ ਦੀ ਆ ਗਈ। ਹਾਂਜੀ ਹਾਂਜੀ, ਜੀ ਪੰਜਾਬ ਦੇ ਵਿੱਚ। ਅਤੇ ਇਸ ਤਰ੍ਹਾਂ ਮੂਲੀ ਕੀ ਰੇਟ ਹੈ? ਮੂਲੀ ਵਿਕਰੀ 5-6 ਰੁਪਏ ਕਿਲੋ। 5-6 ਰੁਪਏ ਕਿਲੋ, ਹਾਂਜੀ। ਅਤੇ ਹੋਰ ਕਿਹੜੀ ਕਿਹੜੀ ਸਬਜ਼ੀ ਤੁਸੀਂ ਵੇਚਦੇ ਹੋ ਜਿਹਦੇ ਰੇਟ ਹੋਣ ਤੁਹਾਡੇ ਕੋਲ? ਮੈਨੂੰ ਮੇਰੇ ਗੋਭੀ ਵਗੈਰਾ ਹੈਗੀ ਜੀ। ਗੋਭੀ ਕੀ ਰੇਟ? ਗੋਭੀ ਵੀ 10 ਰੁਪਏ ਕਿਲੋ ਜੀ। 10 ਰੁਪਏ ਕਿਲੋ, ਹਾਂਜੀ। ਹੋਰ ਇਸ ਤੋਂ ਇਲਾਵਾ? 5-6 ਰੁਪਏ ਕਿਲੋ ਨੇ। ਮੈਨੂੰ ਵਿਕਿਆ ਜੀ ਅੱਜ 18-20 ਰੁਪਏ ਕਿਲੋ ਤੱਕ। ਹੁਣ ਵਿਆਹ ਸ਼ਾਦੀਆਂ ਦਾ ਦੌਰ ਜ਼ਿਆਦਾ ਹੈ ਕੁਝ, ਹੈ ਨਾ? ਹਾਂਜੀ ਹਾਂਜੀ। ਅਤੇ ਇਹਦੇ ਨਾਲ ਕੀ ਕੋਈ ਫਰਕ ਪਿਆ ਸਬਜ਼ੀ 'ਤੇ? ਹਾਂਜੀ ਹਾਂਜੀ, ਕੁਛ ਠੀਕ ਹੈ, ਅੱਗੇ ਨਾਲੋਂ ਥੋੜ੍ਹਾ ਜਿਹਾ ਕੁਝ ਇਜਾਫਾ ਹੋਇਆ ਉਹਨਾਂ ਸਭ? ਹਾਂਜੀ, ਜਿਹੜੀ ਮਤਲਬ ਰੁਪਈਏ 2 ਰੁਪਏ ਦਾ ਫਰਕ ਪਿਆ। ਹਾਂਜੀ, ਬੜੀ ਮਿਹਰਬਾਨੀ ਵੀਰੇ। ਖੀਰਾ 14 ਰੁਪਏ। ਖੀਰਾ ਜਿਹੜਾ ਹੈਗਾ ਇਹ ਚਾਈਨਾ ਦਾ? ਖੀਰਾ ਚਾਈਨਾ ਹੈਗਾ ਜੀ 30-32 ਰੁਪਏ ਕਿਲੋ। 30-32 ਰੁਪਏ ਕਿਲੋ ਹੈਗਾ, 22 ਰੁਪਏ ਕਿਲੋ।
ਅੱਛਾ ਉਹ ਤੇ ਉਹ ਹੈਗਾ ਘਰੇ ਹਰੀ ਮੱਛੀ ਹੈ ਜਿਹੜੀ ਨੰਬਰ ਹੋਏਗੀ ਸਿਰਫ ਤੀਹ ਰੁਪਏ ਅਦਰਕ ਦਾ ਰੇਟ ਕੀ ਹੈ? ਹੋਲਸੇਲ ਵੀਹ ਪੱਚੀ ਰੁਪਏ ਹੋਲਸੇਲ ਚ ਤੇ ਪਿਆਜ ਹਰਾ ਦੂਸਰਾ ਪਿਆਜ ਤੁਸੀਂ ਗੱਲ ਕਰ ਰਹੇ ਹੋ ਮਤਲਬ ਨਾਸਿਕ ਦਾ?